ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਕੇਸੀ ਖੰਡ ਕੋ ਗਏ ਜਦ ਉਸ ਖੰਡ ਗਏ ਤਾਂ ਉੱਥੋਂ ਦਾ ਰਾਜਾ ਤੇ ਸਭ ਪਰਜਾ ਸ੍ਰੀ ਗੁਰੂ ਜੀ ਦੀ ਚਰਨੀ ਆਏ ਲੱਗੇ ਤਾਂ ਰਾਜੇ ਦੀ ਰਾਣੀ ਨੇ ਕਿਹਾ ਜੀ ਮੇਰੇ ਘਰ ਪੁੱਤਰ ਨਹੀਂ ਕਿਰਪਾ ਕਰੋ ਜੋ ਰਾਜਾ ਮੇਰੇ ਵਸ ਰਹੇ ਤਾਂ ਬਾਬੇ ਜੀ ਬਚਨ ਕੀਤਾ ਸੰਤਾ ਮਹਾਤਮਾ ਅਗੇ ਨਿਉ ਚੱਲਿਆ ਕਰੋ ਜੋ ਪਰਮੇਸ਼ਰ ਵੱਲੋਂ ਦੁੱਖ ਸੁਖ ਹੋਵੇ ਸਹਾਰ ਲੈਣਾ ਰਸਨਾ ਧੀ ਮਿੱਠਾ ਬੋਲਿਆ ਕਰੋ ਦੋਏ ਲੌਂਗ ਤੇ ਇੱਕ ਲਾਚੀ ਦਿੱਤੀ ਕਾਹਾਂ ਜਾ ਤੇਰੇ ਘਰ ਦੋ ਪੁੱਤਰ ਤੇ ਇੱਕ ਧੀ ਹੋਵੇਗੀ ਸਦਾ ਸਤ ਨਾਮ ਦਾ ਜਾਪ ਕਰਨਾ ਰਾਜੇ ਕਿਹਾ ਜੀ ਕੋਈ ਕਾਲ ਇੱਥੇ ਰਹੋ ਤਾਂ ਗੁਰੂ ਜੀ ਕਿਹਾ ਰਾਜਾ ਕ੍ਰਾਪ ਪ੍ਰਸ਼ਾਦ ਕਰਿਆ ਕਰੋ ਤੇ ਜੋੜ ਮੇਲ ਕਰਾਣਾ ਪ੍ਰਸ਼ਾਦ ਵਰਤਾ ਕੇ ਸ਼ਕਣਾ ਅਰਦਾਸ ਕਰਨੀ ਸਭ ਕੰਮ ਰਾਸ ਹੋਵਣਗੇ ਅਤੇ ਸ਼ਬਦ ਹਿਰਦੇ ਵਿੱਚ ਧਾਰਨੇ ਸ਼ਬਦ ਦੇ ਅੱਗੇ ਨਿਭ ਚੱਲਣਾ ਖਿਮਾ ਕਰਨੀ ਮਿੱਠਾ ਬੋਲਣਾ ਇਹ ਬਚਨ ਤ੍ਰੈ ਦਿਨ ਰੱਖਨੇ ਹੈ ਰਾਜਾ ਤੇਰੇ ਉੱਪਰ ਪਰਮੇਸ਼ਰ ਬਹੁਤ ਪ੍ਰਸੰਨ ਹੋਵੇਗਾ ਇਹ ਸੋਭ ਉਪਦੇਸ਼ ਦੇ ਕੇ ਸ੍ਰੀ ਬਾਬਾ ਜੀ ਉੱਥੋਂ ਰੁਕਸਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ